are watching Channel Y. Channel Y, a South Asian Canadian channel. ਪੰਜਾਬ ਵਿੱਚ ਕਰੋਨਾ ਦੇ ਪ੍ਰਕੋਪ ਨੂੰ ਵਾਧਾ ਵੇਖ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਜਾਣ ਲਈ ਮਜਬੂਰ ਹੋ ਗਏ ਨੇ। ਇਸੇ ਚੱਲਦੇ ਜਲੰਧਰ ਤੋਂ ਵੱਡੀ ਤਾਦਾਦ ਵਿੱਚ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਨੇ, ਜਿਸ ਦੇ ਚੱਲਦੇ ਕੁਝ ਬੱਸ ਚਾਲਕਾਂ ਵੱਲੋਂ ਇਸ ਮੁਸ਼ਕਲ ਘੜੀ ਵਿੱਚ ਇਹਨਾਂ ਮਜ਼ਦੂਰਾਂ ਨੂੰ ਲੁੱਟਿਆ ਜਾ ਰਿਹਾ ਹੈ। ਜਲੰਧਰ ਵਿੱਚ ਟੈਕਸੀ ਡਰਾਈਵਰਾਂ ਨੇ ਦੋ ਬੱਸਾਂ ਨੂੰ ਪੁਲਿਸ ਦੇ ਹਵਾਲੇ ਕੀਤਾ, ਜਿਸ ਵਿੱਚ ਇੱਕ ਭਾਰੀ ਤਾਦਾਦ ਵਿੱਚ ਮਜ਼ਦੂਰ ਭਰੇ ਹੋਏ ਸਨ। ਦੂਜਾ ਜਲੰਧਰ ਤੋਂ ਕਟਿਹਾਰ ਜਾਣ ਦਾ ਕਿਰਾਇਆ ਵੀ 2000 ਰੁਪਏ ਤੋਂ ਜ਼ਿਆਦਾ ਵਸੂਲਿਆ ਜਾ ਰਿਹਾ ਸੀ। ਉੱਥੇ ਹੀ ਮਜ਼ਦੂਰਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ, ਇੱਕ ਉਹਨਾਂ ਤੋਂ ਜ਼ਿਆਦਾ ਪੈਸੇ ਲਏ ਜਾ ਰਹੇ ਨੇ, ਉਲਟਾ ਇੱਕ ਸੀਟ 'ਤੇ ਤਿੰਨ ਤਿੰਨ ਬੰਦੇ ਬੈਠਣ ਲਈ ਵੀ ਮਜਬੂਰ ਕੀਤਾ ਜਾ ਰਿਹਾ। ਜੇਕਰ ਅਸੀਂ ਵਿਰੋਧ ਕਰਦੇ ਹਾਂ ਤਾਂ ਸਾਨੂੰ ਕੁੱਟਿਆ ਵੀ ਜਾਂਦਾ ਹੈ। ਜਲੰਧਰ ਸੇ ਕਹਾਂ ਜਾ ਰਹੇ ਹੋ ਆਪ? ਕਟਿਹਾਰ ਡਿਸਟ੍ਰਿਕਟ। ਕਟਿਹਾਰ ਡਿਸਟ੍ਰਿਕਟ, ਇੱਕ ਬੱਸ ਮੇਂ ਕਿਤਨੇ ਲੋਕ ਥੇ? 100 से ऊपर था ना। तो ये आपने जो टिकट लिया कितने की लिए? एक बंदे की टिकट किसी से 2300, किसी से 2500, किसी से 2000। ओके, तो रात के टाइम में लेके जा रहे थे आपको? हाँ जी। अब आपको क्या किया इन्होंने? इन्होंने रास्ते में आके, हाँ रास्ते में छोड़ दिया। तो जो टिकट लिया वो है आपके पास? नहीं, टिकट भी नहीं दिया। टिकट भी नहीं दिया? ऐसे 2300 रुपए ले दिया ना आपसे। तो कहाँ से ली थी आपने टिकट? हाँ जी, टिकट कहाँ से ली थी? बस कहाँ से मिली थी? बस ये गुरदासपुर से लाया। गुरदासपुर से लेके आया? तो कहाँ थी? जलंधर में। उसके बाद होशियारपुर में पकड़ा गया गाड़ी। ओके, उसके बाद आगे। अब आप जलंधर से आ रहे हो या गुरदासपुर से आ रहे हो? गुरदासपुर से आ रहे। ਉੱਥੇ ਹੀ ਥਾਣਾ ਇੰਚਾਰਜ ਕੈਂਟ ਅਜਾਇਬ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਹਦਾਇਤਾਂ ਦਿੱਤੀਆਂ ਨੇ ਕਿ ਬੱਸ ਵਿੱਚ 50% ਸਵਾਰੀਆਂ ਨੂੰ ਹੀ ਬਿਠਾਇਆ ਜਾ ਸਕਦਾ, ਪਰ ਇਹਨਾਂ ਦੋਨਾਂ ਬੱਸਾਂ ਵਿੱਚ 80 ਦੇ ਕਰੀਬ ਸਵਾਰੀਆਂ ਨੂੰ ਲਿਜਾਇਆ ਜਾ ਰਿਹਾ ਸੀ, ਜਿਸ ਕਾਰਨ ਦੋਹਾਂ ਬੱਸਾਂ ਦੇ ਚਾਲਕਾਂ ਦੇ ਖਿਲਾਫ 188 ਦੀ ਕਾਰਵਾਈ ਕਰਕੇ ਜਾਂਚ ਕੀਤੀ ਜਾ ਰਹੀ ਹੈ। You are watching Channel Y, a South Asian Canadian channel.